ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਮੰਡੀ ਲਾਦੂਗਾ ਦੇ ਨੇੜੇ ਟਰੈਕਟਰ ਟਰਾਲੀ ਤੋਂ ਡਿੱਗਣ ਦੇ ਨਾਲ ਬਜ਼ੁਰਗ ਦੀ ਹੋਈ ਮੌਤ। ਪੁਲਿਸ ਨੇ ਕੀਤੀ ਤਾਰਾ 174 ਦੇ ਅਧੀਨ ਕਾਰਵਾਈ। ਫਾਜ਼ਿਲਕਾ ਦੇ ਫਿਰੋਜ਼ਪੁਰ ਰੋਡ ਤੇ ਮੰਡੀ ਲਾਦੂਗਾ ਦੇ ਨੇੜੇ ਇੱਕ ਟਰੈਕਟਰ ਟਰਾਲੀ ਤੋਂ ਡਿੱਗਣ ਦੇ ਚਲਦਿਆਂ ਇੱਕ ਬਜ਼ੁਰਗ ਦੀ ਮੌਤ ਹੋ ਗਈ। ਬਜ਼ੁਰਗ ਦਾ ਨਾਮ ਮਿਲਖ ਰਾਜ ਦੱਸਿਆ ਜਾ ਰਿਹਾ ਜੋ ਕਿ ਪਿੰਡ ਤੱਲੇਵਾਲੇ ਦਾ ਨਿਵਾਸੀ ਸੀ ਜੋ ਕਿ ਆਪਣੀ ਬੇਟੀ ਨੂੰ ਮਿਲਣ ਦੇ ਲਈ ਪਿੰਡ ਚਾਂਦਮਾਰੀ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਇੱਕ ਟਰੈਕਟਰ ਟਰਾਲੀ ਤੋਂ ਡਿੱਗਣ ਦੇ ਨਾਲ ਉਸ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਪੁਲਿਸ ਨੇ ਉਸ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਉਸ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੀ ਮੋਤੀ ਦੇ ਵਿੱਚ ਰਖਵਾਇਆ ਜਿੱਥੇ ਅੱਜ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਦੇ ਸਪੁਰਦ ਕਰ ਦਿੱਤੀ ਗਈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਧਾਰਾ 174 ਦੇ ਅਧੀਨ ਕਾਰਵਾਈ ਕੀਤੀ ਹੈ। ਅੱਛਾ, ਕੀ ਹਾਦਸਾ ਕਿਵੇਂ ਵਾਪਰਿਆ ਜੀ? ਅਜੇ ਕੱਲ੍ਹ ਫਾਜ਼ਿਲਕਾ ਨੂੰ ਆਇਆ ਸੀਗਾ ਜੀ, ਛੋਟੀ ਭੈਣ ਦਾ ਜੀ ਰਸਤੇ ਐਕਸੀਡੈਂਟ। ਕਿਵੇਂ ਵਾਪਰਿਆ, ਕਿਵੇਂ ਹਾਦਸਾ ਕਿਵੇਂ ਵਾਪਰਿਆ? ਇਹਦਾ ਅਸੀਂ ਕੋਈ ਕੋਲ ਹੈ ਨਹੀਂ ਸਰ। ਕੀ ਦੱਸਿਆ ਕਿ ਤੁਹਾਨੂੰ ਕਿਵੇਂ ਹੋਇਆ ਐਕਸੀਡੈਂਟ? ਟਰਾਲੀ ਤਰ੍ਹਾਂ ਵਿੱਚ ਨਹੀਂ ਦੱਸਿਆ ਹੋਏਗਾ ਟਰਾਲੀ ਵਾਲੇ ਨੇ ਵੀ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ? ਹਾਲੇ ਤੱਕ ਕੋਈ ਤੁਹਾਨੂੰ ਨਹੀਂ ਦੱਸਿਆ? ਤੁਹਾਨੂੰ ਇਹਨਾਂ ਦੀ ਮੌਤ ਦਾ ਕਿਵੇਂ ਪਤਾ ਲੱਗਿਆ ਜੀ? ਇਹ ਸਾਡੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ, ਵਟਸਐਪ 'ਤੇ ਫੋਟੋ ਗਈ ਸੀ। ਅੱਛਾ ਜੀ, ਹਾਂਜੀ। ਇਹ ਆ ਕਿੱਥੇ ਰਹੇ ਸੀਗੇ ਜੀ? ਇਹ ਚਾਂਦਵਾਰੀ ਆ ਰਹੇ। ਕਿਹੜਾ ਪਿੰਡ ਸੀਗਾ, ਕੀ ਨਾਂ ਸੀਗਾ ਜੀ ਇਹਨਾਂ ਦਾ? ਇਹਨਾਂ ਦਾ ਪਿੰਡ ਤੱਲੇਵਾਲ ਨਾਮ ਮਿਲਖਰਾਜ ਸੀ। ਹਾਂਜੀ, ਮਿਲਖਰਾਜ ਜੀ, ਪਿੰਡ ਤੱਲੇਵਾਲ। ਕਿੰਨੀ ਉਮਰ ਸੀ ਜੀ? ਉਮਰ ਹੈਗੀ 84 ਸਾਲ। ਲਾਦੂ ਕਾ ਬੱਸ ਸਟੈਂਡ ਤੇ ਖੜੇ ਸੀ ਬਜ਼ੁਰਗ, ਟਰੈਕਟਰ ਆਇਆ, ਹੱਥ ਕੀਤਾ ਉਹਨਾਂ ਨੇ ਉੱਪਰ ਚੜ੍ਹ ਕੇ, ਪੰਪ ਦੇ ਸਾਹਮਣੇ ਆ ਕੇ ਅਤੇ ਅੱਗੋਂ ਕੋਈ ਚੀਜ਼ ਆ ਰਹੀ ਸੀ ਸਾਹਮਣੇ, ਉੱਥੋਂ ਥੋੜ੍ਹਾ ਜਿਹਾ ਕੱਟ ਮਾਰਿਆ ਅਤੇ ਬਜ਼ੁਰਗ ਡਿੱਗ ਪਿਆ। ਅੱਛਾ ਜੀ, ਜਾ ਰਹੇ ਸੀ, ਪਤਾ ਲੱਗਿਆ ਬਜ਼ੁਰਗ ਕਿੱਥੋਂ ਦੇ ਸੀਗੇ, ਕਿੱਥੇ ਜਾ ਰਹੇ ਸੀ? ਇਹ ਗੁਰੂ ਸਾਹਿਬ ਦੇ ਸੀ ਅਤੇ ਆ ਰਹੇ ਚਾਂਦਬਾਰੀ ਉਹਨਾਂ ਦੀ ਬੇਟੀ ਵੀ ਹੈ। ਇਹ ਕੱਲ੍ਹ ਬੱਸਾਂ ਬੰਦ ਸੀਗੀਆਂ ਤਾਂ ਪਰ ਹਾਂਜੀ ਹਾਂ ਤੇ ਇਹ ਸੜਕ ਤੇ ਡਿੱਗਣ ਨਾਲ ਹੋਈ ਹੈ ਕਿ ਟਰੈਕਟਰ ਉੱਤੇ ਚੜੇ? ਮੌਕੇ ਤੇ ਅਸੀਂ ਕੋਲ ਨਹੀਂ, ਵੈਸੇ ਤਾਂ ਟਰੈਕਟਰ ਤੋਂ ਡਿੱਗਣ ਨਾਲ ਹੀ। ਮੇਹਰ ਚੰਦ ਵਡੇਰਾ, ਸਰਪੰਚ ਮੰਡੀ ਲਾਦੂਗਾ।